ਬਿਲਕੁਲ ਸਰ। ਹਾਂਜੀ ਬਰਾੜ ਸਰ, ਅੱਜ ਕੱਲ ਦੇ ਬੱਚੇ ਆਪਦੇ ਪਰਿਵਾਰ ਨੂੰ ਸਮਾਂ ਨਾ ਦੇਣ ਦੀ ਬਜਾਏ ਮੋਬਾਈਲ ਫੋਨ ਤੇ ਲੈਪਟਾਪ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੇ ਹਨ। ਸਮਾਂ ਪਾਣੀ ਪਾ ਪਏ ਚਲੋ ਯਾਰ ਲੱਤਾਂ ਮੈਂ ਤੂੰ ਹਾਫ ਹੀ ਲੈ ਲਾ ਤੂੰ ਮੈਨੂੰ ਹਾਂ ਸਹੀ ਹੈ ਨਾ ਉਹ ਮਾਈਕ ਵੀਰੇ ਪਰਿਵਾਰ ਨੂੰ ਸਮਾਂ ਦੇਣ ਦੀ ਬਜਾਏ ਲੈਪਟਾਪ ਤੇ ਫੋਨ ਨੂੰ ਜ਼ਿਆਦਾ ਸਮਾਂ ਦੇ ਕੀ ਕਰਨਾ ਪੰਜਾਬੀ ਦੀ ਜਾਂ ਕਹਿ ਸਕਦੇ ਆ ਜਾਂ ਇੱਕ ਪੁਰਾਣੀ ਕਹਾਵਤ ਪੁਰਾਣੀ ਕਹਾਵਤ ਬਦਲਦਾ ਨੀ ਫੜਦਾ ਤੁਸੀਂ ਅਗਰ ਫੋਨ ਯੂਜ ਕਰੋਗੇ ਸੋਸ਼ਲ ਮੀਡੀਆ ਯੂਜ ਕਰੋਗੇ ਤਾਂ ਬੱਚੇ ਤੁਹਾਨੂੰ ਕਾਪੀ ਕਰਨਗੇ। ਬੱਚਿਆਂ ਦੇ ਜਿਹੜੇ ਦਿਮਾਗ ਬੜੇ ਸਮਾਰਟ ਹੁੰਦੇ ਆ ਉਹ ਜੋ ਵੀ ਤੁਸੀਂ ਅੱਛਾ ਬੋਲੀ ਜਾਈ ਬਰਾੜ ਉਹ ਫਿਰ ਨਾ ਕੱਟ ਹੋ ਜਾਣਗੀਆਂ ਵਿੱਚੋਂ ਗੱਲਾਂ ਕਿਹੜੀਆਂ ਤੂੰ ਵਧੀਆ ਕਹਿ ਗਿਆ ਕਿਹੜੀਆਂ ਨਹੀਂ ਠੀਕ ਜੋ ਵੀ ਤੇਰਾ ਦਿਲ ਦਾ ਵਾਲ ਕੱਢ ਲਈ ਜਿੰਦਾਬਾਦ ਚਲੋ ਜੀ ਘਰ ਵਾਲਾ ਬੋਲੇ ਨਾਥ ਕੀ ਧੰਨ ਧੰਨ ਸਤਿ ਗੁਰੂ ਸਰ ਅੱਜ ਕੱਲ ਬੱਚੇ ਆਪਾਂ ਵੇਖਦੇ ਕਹਿਣਾ ਕੀ ਸੀ ਸਰ ਅੱਜ ਕੱਲ ਬੱਚੇ ਪਰਿਵਾਰ ਤੋਂ ਬਜ਼ੁਰਗਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਪਰਿਵਾਰ ਤੋਂ ਬਜ਼ੁਰਗਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਉਹ ਮੈਂ ਨਸਤ ਕਹਿ ਦੂੰਗਾ ਪਹਿਲਾਂ ਮੈਂ ਜਿਹੜਾ ਡਾਇਲੌਗ ਸਿੱਖਿਆ ਉਹ ਹਾਂਜੀ ਬਰਾੜ ਸਰ ਅੱਜ ਕੱਲ ਬੱਚੇ ਆਪਦੇ ਪਰਿਵਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਰਿਲੈਕਸ ਰਿਲੈਕਸ ਹਾਂ ਮੈਂ ਲਾਈਨ ਨਾਲ ਦੱਸਦਾ ਪਿਆ ਅੱਗੇ ਕੀ ਸੀ
ਮੋਬਾਈਲ ਦੇ ਲੈਪਟਾਪ ਦੇ ਜਿਆਦਾ ਆਦੀ ਹੋ ਗਏ ਨੇ, ਆਹ ਬੜਾ ਵਧੀਆ, ਹਰ ਕਿਸੇ ਨੂੰ ਸਮਝ ਆਵੇ। ਚਲੋ ਇਹਦਾ ਕਾਰਨ ਦੱਸੋ ਜਾਂ ਕਿਉਂ ਹੋ ਰਿਹਾ। ਮੈਂ ਉਹ ਵੀ ਗੱਲ ਵਿੱਚ ਹੀ ਆ ਗਈ ਆ, ਜਵਾਕਾਂ ਦੀ ਭੈਣ ਲਈ ਸਿੱਧਾ ਹੀ ਗਾ ਉਹ ਚੱਲੋ ਇਹਦਾ ਕਾਰਨ ਇੱਕ ਹੀ ਆ ਵੀ ਤੜਕੇ ਚੱਕ ਲੋ ਜੁੱਤੀ, ਹੁਣ ਚੱਕੇਗਾ ਫੋਨ। ਚਲੋ ਬਈ ਮੂਡ ਸੈੱਟ ਕਰੋ, ਓਕੇ ਪਾਣੀ ਪੀਣਾ ਸਰਬ।